ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਤੇ ਵੀਰ ਜੀ ਜਿੰਨਾ ਜਿੰਨਾ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਉਹਨਾਂ ਤੱਕ ਪਟਿਆਲਾ ਜਿਹੜੀ ਆਰਮੀ ਦੀ ਭਰਤੀ ਚੱਲ ਰਹੀ ਉਹ ਸਾਰੀ ਅਪਡੇਟ ਜਿਹੜੀ ਹੈ ਪੂਰੀ ਉਹਨਾਂ ਚੱਕ ਪਹੁੰਚੇ ਤੇ ਵੀਰ ਜੀ ਅ ਤੁਸੀਂ ਜਿਵੇਂ ਕਿ ਵੀਡੀਓ ਦੇ ਟਾਈਟਲ 'ਚ ਦੇਖ ਹੀ ਲਿਆ ਹੋਣਾ ਕਿ 200 ਮੁੰਡੇ ਦਾ ਗਰੁੱਪ ਜਿਹੜਾ ਹੈ ਅੱਜ ਦੜਾਇਆ ਜਾ ਰਿਹਾ ਹੈ ਅੱਜ 10 ਫਰਵਰੀ ਜਾਂ ਤੇ ਮੈਂ ਸਾਰੀ ਜਾਣਕਾਰੀ ਦਵਾਗਾ ਕਿੰਨੇ ਮੁੰਡੇ ਚੁੱਕੇ ਨੇ ਪਹਿਲੇ ਗਰੁੱਪ ਚ ਦੂਸਰੇ ਗਰੁੱਪ ਚ ਤੀਸਰੇ ਚ ਤਕਰੀਬਨ 5-6 ਗਰੁੱਪ ਜਿਹੜੇ ਦੌੜ ਚੁੱਕੇ ਨੇ ਤੇ ਮੈਂ ਸਾਰੀ ਜਾਣਕਾਰੀ ਦਵਾਗਾ ਇਸ ਕਰਕੇ ਵੀਰ ਜੀ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਪਟਿਆਲੇ ਜਿਹੜੀ ਆਰਮੀ ਭਰਤੀ ਜਿੰਨਾਂ ਦੀ ਹੋਣੀ ਆ ਉਹਨਾਂ ਨੂੰ ਇਹ ਅਪਡੇਟ ਦੇਣਾ ਬਹੁਤ ਜ਼ਰੂਰੀ ਆ ਇਸ ਕਰਕੇ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਕਰ ਦਿਓ ਵੀਰ ਜੀ ਤੇ ਵੀਰ ਜੀ ਕਿੰਨਾ ਟਾਈਮ ਮਿਲ ਰਿਹਾ ਹੈ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਵਾਂਗਾ ਤੇ ਮੇਰਾ ਵੀ ਹੱਥ ਜੋੜ ਕੇ ਬਾਰ-ਬਾਰ ਮੈਂ ਏਸੀ ਕਰਕੇ ਕਹਿਣਾ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹੁਣ ਗੱਲ ਕਰਦੇ ਆਂ ਪਟਿਆਲਾ ਆਰਮੀ ਭਰਤੀ ਦੀ ਤੇ ਪਟਿਆਲੇ ਜਿਹੜੀ ਭਰਤੀ ਹੋ ਰਹੀ ਹੈ ਵੀਰ ਜੀ ਉੱਥੇ 5:40 ਦਾ ਟਾਈਮ ਮਿਲ ਰਿਹਾ ਹੈ 5:45 ਦਾ ਵੀ ਪਹਿਲਾਂ ਮਿਲ ਰਿਹਾ ਸੀ ਹੁਣ 40 45 ਇਦਾਂ ਮਿਕਸ ਹੀ ਆ ਕਿਸੇ ਨੂੰ ਗਰੁੱਪ ਨੂੰ 2 ਸੈਕਿੰਡ ਘੱਟ ਕਿਸੇ ਨੂੰ ਵੱਧ 5:40 45 ਦਾ ਪੂਰਾ ਟਾਈਮ ਮਿਲ ਰਿਹਾ ਵੀਰ ਜੀ ਬਾਕੀ ਜੇ ਗੱਲ ਕੀਤੀ ਜਾਵੇ 200 ਮੁੰਡਿਆਂ ਦਾ ਗਰੁੱਪ ਵਧਾਇਆ ਜਾ ਰਿਹਾ ਹੈ ਤੇ ਕਿੰਨੇ ਮੁੰਡੇ ਚੁੱਕੇ ਜਾ ਰਹੇ ਨੇ 30 ਮੁੰਡੇ ਚੁੱਕੇ ਜਾ ਰਹੇ ਨੇ ਕਈ ਗਰੁੱਪਾਂ 'ਚ ਕਈਆਂ 'ਚ 40 ਵੀ ਕਈਆਂ 'ਚ 45 ਮੁੰਡੇ ਵੀ ਇਹ ਹੁਣ ਟਾਈਮ ਦੇ ਹਿਸਾਬ ਨਾਲ ਹੈ ਕਿ 5:40 'ਚ ਕਿੰਨੇ ਮੁੰਡੇ ਜਿਹੜੇ ਦੌੜ ਕੱਢ ਲੈਂਦੇ ਆ ਉਸ ਦੇ ਹਿਸਾਬ ਨਾਲ ਹੀ ਪਰਤੀ ਜਾਈ ਆ ਉਹ ਕੀਤੀ ਜਾ ਰਹੀ ਆ ਬਾਕੀ ਜੇ ਗੱਲ ਕੀਤੀ ਜਾਵੇ ਪਰਤੀ ਦੀ ਤੇ ਬਹੁਤ ਹੀ ਵਧੀਆ ਪਰਤੀ ਚੱਲ ਰਹੀ ਹੈ ਚਾਰ ਗਰਾਊਂਡ ਨੇ ਬਿਲਕੁਲ ਗਰਾਊਂਡ ਗੋਲਜੀ ਆ ਤੇ ਬਹੁਤ ਹੀ ਵਧੀਆ ਗਰਾਊਂਡ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਕੋਈ ਰੋੜੇ ਨਹੀਂ ਆ ਕੋਈ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਕਮੀ ਗਰਾਊਂਡ ਵਿੱਚ ਨਹੀਂ ਹੈਗੀ ਨਾਲੇ ਵੀਰ ਜੀ ਤੁਹਾਨੂੰ ਮੈਂ ਇਹ ਵੀ ਗੱਲ ਦੱਸਾਂਗਾ ਕਿ ਜਿਹੜਾ ਮੈਡੀਕਲ ਹੋ ਰਿਹਾ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਏਗੀ ਮੈਡੀਕਲ ਦੀ ਗੱਲ ਕਰੀਏ ਤਾਂ ਕੱਲ ਰਾਤੀ ਮੈਂ ਕਈ ਮੁੰਡਿਆਂ ਨੂੰ ਮਿਲਿਆ ਸੀ ਤੇ ਮੈਡੀਕਲ ਜਾਦਾ ਮੁੰਡੇ ਫੇਟ ਹੀ ਹੋ ਰਹੇ ਨੇ ਕਿਉਂਕਿ ਵੈਕੰਸੀ ਆ ਜਿਹੜੀ ਬਹੁਤ ਜ਼ਿਆਦਾ ਵਾ ਕਿਉਂਕਿ ਕਾਫੀ ਚਿਰ ਤੋਂ ਸਾਲ ਹੋ ਗਿਆ ਹੈ ਕਿ ਉਪਰਤੀ ਨਹੀਂ ਸੀ ਆਈ ਕਰੋਨਾ ਵਾਇਰਸ ਕਰਕੇ ਇਹਨਾਂ ਦੀ ਪਿਛਲੀ ਪਰਤੀ ਵੀ ਜਿਹੜੀ ਲੇਟ ਹੋਈ ਸੀ ਇਸ ਕਰਕੇ ਵੈਕੈਂਸੀ ਬਹੁਤ ਜ਼ਿਆਦਾ ਹੈ ਤੇ ਮੈਡੀਕਲ ਜ਼ਿਆਦਾ ਫੇਟੀ ਹੋ ਰਹੇ ਨੇ ਰਨਿੰਗ ਦੀ ਜੇ ਗੱਲ ਕੀਤੀ ਜਾਵੇ ਰਨਿੰਗ ਵੀ ਬਹੁਤ ਵਧੀਆ ਹੋ ਰਹੀ ਹੈ ਵੀਰ ਜੀ ਬਾਕੀ 5 40 ਦਾ ਹਰ ਇੱਕ ਗਰੁੱਪ ਨੂੰ ਟਾਈਮ ਮਿਲ ਹੀ ਰਿਹਾ ਆ ਇਹ ਨਹੀਂ ਆ ਕਿ ਨਹੀਂ ਮਿਲ ਰਿਹਾ 200 ਮੁੰਡਾ ਵੀ ਆ ਫਿਰ ਵੀ 30 35 40 45 ਮੁੰਡੇ ਚੁੱਕ ਹੀ ਰਹੇ ਨੇ ਕਈ ਗਰੁੱਪਾਂ ਦੇ ਵਿੱਚ ਅੱਜ ਜਿਹੜਾ ਪਹਿਲਾ ਗਰੁੱਪ 도ੜਿਆ ਸੀ 31 32 ਮੁੰਡੇ ਚੁੱਕੇ ਸੀ ਵੀਰ ਜੀ ਤੇ ਉਸ ਤੋਂ ਬਾਅਦ ਵੀ ਗਰੁੱਪ ਵਿੱਚ ਕਈ ਮੁੰਡੇ بار-बार ਕਮੈਂਟ ਵਿੱਚ ਕਰਦੇ ਆ ਕਿ ਵੀਰੇ ਉੱਥੇ ਤਾਂ 15 ਮੁੰਡੇ ਵੀਰ ਜੀ 15 ਕਿਸੇ ਗਰੁੱਪ ਚ ਨਹੀਂ ਚੁੱਕੇ ਐਵੇਂ ਝੂਠ ਨਾ ਬੋਲੋ ਹਰ ਗਰੁੱਪ ਚ 30 ਤੋਂ ਉੱਤੇ ਮੁੰਡੇ ਹੀ ਚੁੱਕੇ ਨੇ ਭਾਵੇਂ ਉਹ ਤੇਜ਼ 도ੜਿਆ ਗਰੁੱਪ ਚਾਹੇ ਉਹ ਹੋਲੀ 도ੜਿਆ ਇਹ ਇੰਨੀ ਕ ਜਾਣਕਾਰੀ ਸੀ ਜਿਹੜੀ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ ਕਾਫੀ ਮੁੰਡੇ ਝੂਠ ਹੀ ਬੋਲੀ ਜਾ ਰਹੇ ਨੇ ਕਿ ਉੱਥੇ ਤਾਂ ਯਾਰ 300 ਮੁੰਡਾ ਕਰਤਾ 400 ਵੀਰੇ ਕਿਉਂ ਝੂਠ ਬੋਲੀ ਜਾਂਦੇ 200 ਤੋਂ ਵੱਧ ਗਰੁੱਪ ਕਿਸੇ ਦਾ ਦੰਡੋੜਿਆ ਅੱਜ 200 200 ਦਾ ਗਰੁੱਪ ਬਣਿਆ ਆ ਜਦੋਂ ਤੁਸੀਂ ਭਰਤੀ ਦੇਖਣ ਜਾਓਗੇ ਤਾਂ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਹੈ ਕਿ ਕਿੰਨੇ ਮੁੰਡੇ ਦੜਾਏ ਜਾ ਰਹੇ ਨੇ ਬਾਕੀ ਵੀਰ ਜੀ ਮੈਡੀਕਲ ਦੀ ਗੱਲ ਕਰੀਏ ਜਿਵੇਂ ਕਿ ਮੈਂ ਪਿਛਲੀਆਂ ਭਰਤੀਆਂ 'ਚ ਬਾਰ-ਬਾਰ ਬੋਲਦਾ ਸੀ ਕੰਨ ਕੋਨਾ ਸਾਫ਼ ਕਰਵਾ ਕੇ ਜਾਇਓ ਕਿਉਂਕਿ ਕੰਨਾਂ ਦੇ ਐਮਐਚ ਹੀ ਪੈਂਦੇ ਨੇ ਜ਼ਿਆਦਾ ਕੰਨਾਂ ਦੀ ਮੇਰਾ ਵੀਰ ਮੈਲ ਜ਼ਰੂਰ ਕਢਾ ਕੇ ਜਾਇਓ ਕੰਨਾਂ ਦੀ ਵੈਕਸ ਜਿੰਨੂੰ ਕਹਿੰਦੇ ਵੈਕਸ ਦਾ ਐਮ ਐਚ ਪੈਂਦਾ ਹੈ ਕੱਲ ਮੁੰਡੇ ਦਾ ਇੱਕ ਦਾ ਫੇਰ ਪਿਆ ਸੀ ਵੈਕਸ ਦਾ ਐਮ ਐਚ ਇਸ ਕਰਕੇ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਿਓ ਬਾਕੀ ਭਰਤੀ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਆ ਇੱਕ ਗੱਲ ਹੋਰ ਇੰਡੀਅਨ ਆਰਮੀ ਦਾ ਜਿਹੜਾ ਜੀ ਡੀ ਦਾ ਐਗਜ਼ਾਮ ਆ ਉਹਦੀ ਵੀ ਤੁਹਾਨੂੰ ਤਿਆਰੀ ਕਰਵਾਈ ਜਾਏਗੀ ਇਸੇ ਚੈਨਲ ਤੇ ਤੇ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਇੰਡੀਅਨ ਆਰਮੀ ਦੇ ਮੈਂ 10-15 ਪੇਪਰ ਆ ਤੁਸੀਂ ਵੀਡੀਓ ਵਿੱਚ ਜਿਹੜੇ ਆ ਲਿਸਟਾਂ ਦੇ ਵਿੱਚ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ 10-12 ਪੇਪਰਾਂ ਦੀਆਂ ਵੀਡੀਓ ਮੈਂ ਆਲਰੇਡੀ ਪਾ ਚੁੱਕਾ ਆ ਤੁਸੀਂ ਉਹ ਪੜ ਲਿਓ ਜੇ ਤੁਸੀਂ ਫਿੱਟ ਹੋ ਗਏ ਹੋ ਕਈ ਮੁੰਡੇ ਦੇ ਜਿਹੜੇ ਆ ਫਿੱਟ ਵੀ ਹੋ ਗਏ ਨੇ ਕਾਫੀ ਮੁੰਡੇ ਕੱਲ ਦੇ ਹੀ ਫਿੱਟ ਹੋ ਗਏ ਨੇ ਤੇ ਇਸ ਕਰਕੇ ਮੈਂ ਇਹੋ ਗੱਲਾਂ ਦਾ ਧਿਆਨ ਦੇਣਾ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਤੁਹਾਨੂੰ ਹਰ ਇੱਕ ਜਾਣਕਾਰੀ ਜਿਹੜੀ ਮਿਲਦੀ ਰਹੇਗੀ। ਬਾਕੀ ਵੀਰ ਜੀ ਵਧੀਆ ਹੋ ਰਹੀ ਹੈ ਪਰ ਤੀ ਬਾਕੀ 5-6 ਗਰੁੱਪ 도ੜੇ ਨੇ ਤੇ ਤਕਰੀਬਨ 5:40 ਦਾ ਟਾਈਮ ਹਰ ਇੱਕ ਨੂੰ ਮਿਲਿਆ ਹੀ ਆ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਰੀ ਤੁਹਾਨੂੰ ਅਪਡੇਟ ਜਿਹੜਾ ਹੁਣ ਮੈਂ 1-2 ਘੰਟੇ ਤੱਕ ਇੱਕ ਹੋਰ ਵੀਡੀਓ ਪਾਵਾਂਗਾ ਜਿਹਦੇ ਵਿੱਚ ਤੁਹਾਨੂੰ ਰਨਿੰਗ ਦੀ ਵੀਡੀਓ ਦਿਖਾਈ ਜਾਏਗੀ ਦੂਰੋਂ ਮੈਂ ਵੀਡੀਓ ਬਣਾ ਕੇ ਮੈਂ ਤੁਹਾਨੂੰ ਵਿਖਾਵਾਂਗਾ ਤੇ ਉਹਦੇ ਵਿੱਚ ਤਕਰੀਬਨ 30-35-40 ਸਕਿੰਟ ਦੀ ਵੀਡੀਓ ਹੋਏਗੀ। ਬਾਕੀ ਜੇ ਤੁਸੀਂ ਪੁਰਾਣੀ ਵੀਡੀਓ ਵੇਖਣੀ ਆ ਜਿਹੜੀ ਕਿ ਰਨਿੰਗ ਦੀ ਆ ਤੇ ਉਹ ਹੁਣ ਮੈਂ ਦਿਖਾ ਦਿੰਨਾ ਇਸੇ ਵੀਡੀਓ ਵਿੱਚ ਉਹ ਤੁਸੀਂ ਦੇਖ ਲਓ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ